ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਇੱਥੇ ਖਾਲਸਾ ਕੇਅਰ ਫਾਊਂਡੇਸ਼ਨ ਗੁਰਦੁਆਰੇ 'ਚ ਵੀਰ ਖਾਲਸਾ ਗਰੁੱਪ ਦੇ ਮੈਂਬਰਸ ਨਾਲ ਖੜ੍ਹੇ ਹੋਏ ਹਾਂ, ਅਤੇ ਜੋ ਇੰਪੋਰਟੈਂਟ ਅਨਾਊਂਸਮੈਂਟ ਹੈਗੀ ਹੈ ਉਹ ਹੈਗੀ ਹੈ ਕਿ ਸਾਡੇ ਵੀਰ ਜੋ ਹੈਗੇ ਨੇ ਉਹ ਅਮੈਰੀਕਾਜ਼ ਗੋਟ ਟੈਲੈਂਟ ਦੇ ਕੁਆਟਰ ਫਾਈਨਲ 'ਚ ਪਹੁੰਚ ਗਏ ਨੇ, ਅਤੇ ਵੋਟਿੰਗ ਹੋਣੀ ਹੈ ਜੀ ਔਗਸਟ 13th ਅਤੇ 14th ਨੂੰ। ਵੋਟਿੰਗ 4 PM ਤੋਂ ਸ਼ੁਰੂ ਹੋ ਜਾਣੀ ਹੈ ਅਤੇ ਔਗਸਟ 14th ਤੱਕ 4 PM ਨੂੰ ਖਤਮ ਹੋਣੀ ਹੈ, ਅਤੇ ਤੁਸੀਂ ਜੋਸ਼ ਨਾਲ ਸਾਰੇ ਵੋਟ ਕਰੋ ਅਤੇ ਭਾਅ ਜੀ ਤੁਹਾਨੂੰ ਹੋਰ ਥੋੜ੍ਹਾ ਦੱਸਣਗੇ ਇਸ ਬਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਖਾਲਸਾ ਗਰੁੱਪ ਰੀਚਡ ਇਨ ਕੁਆਟਰ ਫਾਈਨਲਸ ਆਫ ਅਮੈਰੀਕਾਜ਼ ਗੋਟ ਟੈਲੈਂਟ, ਐਂਡ ਆਈ ਹੋਪ ਦੈਟ ਅਮੈਰੀਕਨਸ ਐਂਡ ਆਲ ਆਫ ਦ ਇੰਡੀਅਨਸ ਵਿਲ ਬੀ ਸਪੋਰਟਿੰਗ ਅਸ ਐਂਡ ਵੋਟਿੰਗ ਫੋਰ ਅਸ। ਜਿਹੜੀ ਇਹਦੀ ਵੋਟਿੰਗ ਲਾਈਨ ਆ 13th ਆਫ ਔਗਸਟ ਤੋਂ 14th ਆਫ ਔਗਸਟ ਤੱਕ ਖੁੱਲ੍ਹੀ ਰਹੇਗੀ, ਔਰ ਵੋਟ ਜਿਹੜੀ ਆ ਦੋ ਤਰੀਕੇ ਨਾਲ ਹੋ ਸਕਦੀ ਆ, nbc.com/AGTVOTE ਤੇ ਜਾ ਕੇ, ਜਾਂ ਫਿਰ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਆਈਫੋਨਸ ਜਾਂ ਐਂਡਰਾਇਡ ਦੇ ਵਿੱਚ AGT ਐਪਲੀਕੇਸ਼ਨ, ਉੱਥੋਂ ਤੁਸੀਂ ਡਾਇਰੈਕਟਲੀ ਵੋਟ ਬਟਨ ਕਲਿੱਕ ਕਰ ਸਕਦੇ ਹੋ ਫੋਰ ਵੀਰ ਖਾਲਸਾ, ਐਂਡ ਆਈ ਹੋਪ ਦੈਟ ਅਮੈਰੀਕਨਸ ਵਿਲ ਰੂਟ ਫੋਰ ਅਸ ਐਂਡ ਵੀ ਵਿਲ ਵਿਨ ਅਮੈਰੀਕਾਜ਼ ਗੋਟ ਟੈਲੈਂਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਈ ਆਲਸੋ ਪੋਸਟ ਦ ਲਿੰਕਸ ਇਨ ਦ ਡਿਸਕ੍ਰਿਪਸ਼ਨ ਕਿ ਤੁਸੀਂ ਉੱਥੇ ਕਲਿੱਕ ਕਰਕੇ ਵੋਟ ਕਰ ਸਕਦੇ ਹੋ, ਅਤੇ ਇਹਨਾਂ ਦੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦਾ ਵੀ ਆਪਾਂ ਲਿੰਕ ਡਿਸਕ੍ਰਿਪਸ਼ਨ 'ਚ ਪਾਵਾਂਗੇ, ਤੁਸੀਂ ਇਹਨਾਂ ਦੀ ਵੀਡੀਓਜ਼ ਵੇਖ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਤੁਹਾਨੂੰ ਆਪਾਂ ਵਿਖਾਉਂਦੇ ਹਾਂ ਕਿ ਕਿਵੇਂ ਸਾਡੇ ਵੀਰਾਂ ਨੂੰ ਤੁਸੀਂ ਵੋਟ ਕਰ ਸਕਦੇ ਹੋ। ਤੁਸੀਂ ਗੂਗਲ 'ਚ ਜਾ ਕੇ ਅਮੈਰੀਕਾਜ਼ ਗੋਟ ਟੈਲੈਂਟ ਨੂੰ ਬਸ ਸਰਚ ਕਰਨਾ, ਆਪਾਂ ਸਰਚ ਕੀਤਾ ਹੋਇਆ ਪਹਿਲਾਂ, ਅਤੇ ਇਹ ਪਹਿਲੀ ਵੈਬਸਾਈਟ ਹੈਗੀ ਹੈ ਜੀ, ਇਹਨੂੰ ਆਪਾਂ ਕਲਿੱਕ ਕਰਨਾ। ਸੋ ਇਹਨੂੰ ਕਲਿੱਕ ਕਰਨ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਵੀਡੀਓਜ਼ ਵੀ ਆ ਰਹੀਆਂ ਨੇ, ਸੀਜ਼ਨ 14 ਚੱਲਦਾ ਪਿਆ, ਅਤੇ ਤੁਸੀਂ ਵੇਖ ਸਕਦੇ ਹੋ ਸਾਡੇ ਵੀਰਾਂ ਦੀ ਵੀਡੀਓ ਵੀ ਇੱਥੇ ਹੈਗੀਆਂ ਨੇ ਜੋ ਆਪਾਂ ਵੇਖ ਵੀ ਸਕਦੇ ਹਾਂ। ਸੋ ਜੀ ਇਹ ਪਹਿਲਾ ਜੋ ਤਰੀਕਾ ਹੈ ਵੋਟ ਕਰਨ ਦਾ ਉਹ ਹੈ, ਵੇਖ ਲਓ ਜੀ, ਇਹ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ, ਇਹਦਾ ਵੀ ਲਿੰਕ ਆਪਾਂ ਡਿਸਕ੍ਰਿਪਸ਼ਨ ਬਿਲੋ 'ਚ ਪਾਵਾਂਗੇ। ਤੁਸੀਂ ਫੋਨ ਦੀ ਐਪ ਹੈਗੀ ਹੈ, ਆਈਫੋਨ ਐਂਡਰੋਇਡ ਯੂਜ਼ਰਸ ਦੋਨੋਂ ਇਹਦੇ 'ਚ ਐਪ ਲੈ ਕੇ, ਇਹ ਵੇਖੋ ਜੀ ਗੂਗਲ ਪਲੇ ਅਤੇ ਐਪ ਸਟੋਰ ਤੋਂ ਤੁਸੀਂ ਜਾ ਕੇ ਲੈ ਸਕਦੇ ਹੋ ਐਪ। ਸੋ ਤੁਸੀਂ ਜੀ ਇਹ ਐਪ ਨੂੰ ਡਾਊਨਲੋਡ ਕਰ ਸਕਦੇ ਹੋ, ਅਤੇ ਤੁਸੀਂ ਇਸ ਐਪ ਦੇ ਜ਼ਰੀਏ ਵੋਟ ਕਰ ਸਕਦੇ ਹੋ ਸਾਡੇ ਆਪਣੇ ਵੀਰ ਖਾਲਸਾ ਗਰੁੱਪ ਲਈ। ਅਤੇ ਦੂਜਾ ਜ਼ਰੀਆ ਹੈਗਾ ਜੀ, ਇੱਥੇ ਤੁਸੀਂ ਵੋਟ ਵਾਲੇ ਸੈਕਸ਼ਨ 'ਚ ਜਾ ਕੇ ਕਲਿੱਕ ਕਰੋਗੇ, ਅਤੇ ਜੇ ਤੁਸੀਂ ਵੇਖੋ ਜੀ ਵੋਟਿੰਗ ਇਜ਼ ਕਲੋਜ਼ ਰਾਈਟ ਨਾਓ, ਅਤੇ ਹਜੇ ਆਪਾਂ ਵੋਟ ਨਹੀਂ ਕਰ ਸਕਦੇ, ਪਰ ਇਹ ਟਿਊਜ਼ਡੇ ਔਗਸਟ 13 ਨੂੰ ਸ਼ੁਰੂ ਹੋਣ ਲੱਗੀ ਹੈ, ਅਤੇ ਇਹ ਜਦ ਵੀ ਆਈ ਥਿੰਕ ਡੇ ਸਟਾਰਟ ਹੋਏਗਾ ਜਾਂ ਸ਼ੋ ਏਅਰ ਹੋਵੇਗਾ ਉਦੋਂ ਵੋਟਿੰਗ ਇਹ ਸ਼ੁਰੂ ਹੋ ਜਾਏਗੀ, ਅਤੇ ਔਗਸਟ 14th ਵੈਨਸਡੇ ਨੂੰ 11:59 PM ਤੱਕ ਇਹ ਚੱਲਦੀ ਰਹੇਗੀ। ਸੋ ਤੁਸੀਂ ਉਸ ਟਾਈਮ ਦੇ ਦੌਰਾਨ, ਉਹ ਟਾਈਮ ਫਰੇਮ 'ਚ ਜਿੰਨੇ ਵੀ ਵੋਟ ਕਰ ਸਕਦੇ ਹੋ ਜ਼ਰੂਰ ਕਰੋ ਜੀ। ਸੋ ਇਹਦੇ ਲਈ ਆਪਾਂ ਇੱਥੇ ਜਾਵਾਂਗੇ, ਕਲਿੱਕ ਕਰਾਂਗੇ ਸਾਈਨ ਅਪ ਟੂ ਵੋਟ, ਇਹਦਾ ਵੀ ਆਪਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਿਲੋ 'ਚ ਦੇਵਾਂਗੇ। ਸੋ ਵੇਖੋ ਜੀ ਤੁਸੀਂ ਆਪਣੀ ਈਮੇਲ ਪਾ ਸਕਦੇ ਹੋ ਇੱਥੇ, ਈਮੇਲ ਆਪਣੀ ਪਾ ਕੇ ਜੋ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਇਸ ਦੇ ਲਈ ਉਹਦੇ ਨਾਲ ਕਰ ਸਕਦੇ ਹੋ, ਜਾਂ ਤੁਸੀਂ ਜੋ ਈਮੇਲ ਬਣੀਆਂ ਹੋਈਆਂ ਨੇ ਇੱਕ ਤੁਹਾਡੀ ਜੀਮੇਲ ਦੀ ਉਹਦੇ ਨਾਲ ਕਰ ਸਕਦੇ ਹੋ। ਜੇ ਤੁਹਾਡੇ ਕੋਲ ਪ੍ਰੋਫਾਈਲ ਆਲਰੇਡੀ ਹੈਗੀ ਹੈ NBC ਯੂਨੀਵਰਸਲ ਦੀ, ਤਾਂ ਫਿਰ ਤੁਸੀਂ ਸਾਈਨ ਇਨ ਕਰ ਸਕਦੇ ਹੋ, ਪਰ ਅਦਰਵਾਈਜ਼ ਤੁਸੀਂ ਆਪਣਾ ਫੇਸਬੁੱਕ ਨਾਲ ਸਾਈਨ ਅਪ ਕਰ ਸਕਦੇ ਹੋ ਜਾਂ ਜੀਮੇਲ ਨਾਲ ਸਾਈਨ ਅਪ ਕਰ ਸਕਦੇ ਹੋ, ਜਾਂ ਤੁਸੀਂ ਇੱਥੇ ਬਸ ਈਮੇਲ ਕੋਈ ਵੀ ਬਣਾ ਸਕਦੇ ਹੋ, ਅਤੇ ਬਹੁਤ ਹੀ ਸਿੰਪਲ ਪ੍ਰੋਸੈਸ ਹੈ। ਤੁਸੀਂ ਸਾਈਨ ਅਪ ਕਰਕੇ ਫਿਰ ਤੁਹਾਨੂੰ ਵੋਟਿੰਗ ਦਾ ਅਧਿਕਾਰ ਜੋ ਹੈਗਾ ਉਹ ਮਿਲ ਜਾਏਗਾ। ਤੁਸੀਂ ਵੋਟ ਜ਼ਰੂਰ ਕਰੋ, ਵੱਧ ਤੋਂ ਵੱਧ ਕਰੋ ਵੋਟ। ਇਹ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਹੈ ਜਿਹਦੇ ਨਾਲ ਸਾਡੇ ਵੀਰ ਖਾਲਸਾ ਗਰੁੱਪ ਦੇ ਸਿੱਖੀ ਦੇ ਬਾਰੇ ਅਵੇਅਰਨੈਸ ਲੈ ਕੇ ਆ ਰਹੇ ਨੇ USA 'ਚ। ਇਹ ਬਹੁਤ ਜ਼ਰੂਰੀ ਹੈ, ਜ਼ਿਆਦਾਤਰ ਲੋਕਾਂ ਨੂੰ US 'ਚ ਪਤਾ ਨਹੀਂ ਹੈਗਾ ਕਿ ਕੌਣ ਹਨ ਸਿੱਖ। ਸੋ ਇਹ ਇੱਕ ਅਲੱਗ ਢੰਗ ਹੈ ਜਿਹਦੇ ਨਾਲ ਸਾਨੂੰ ਇਹ ਰੈਪ੍ਰਜੈਂਟ ਕਰਦੇ ਪਏ ਨੇ। ਸੋ ਸਾਡਾ ਇਹ ਫਰਜ਼ ਬਣਦਾ ਕਿ ਆਪਾਂ ਆਪਣੇ ਵੀਰਾਂ ਨੂੰ ਸਪੋਰਟ ਕਰੀਏ ਪੂਰਾ, ਅਤੇ ਇਹਨਾਂ ਲਈ ਵੋਟ ਕਰੀਏ, ਅਤੇ ਇਹਨਾਂ ਨੂੰ ਸੈਮੀਫਾਈਨਲ 'ਚ ਪਹੁੰਚਾਈਏ, ਅਤੇ ਫਾਈਨਲ 'ਚ ਪਹੁੰਚਾ ਕੇ ਜਿਤਵਾਈਏ ਵੀ ਇਹਨਾਂ ਨੂੰ, ਕਿਉਂਕਿ ਇਹ ਇੰਨਾ ਸਭ ਕੁਝ ਕਰਦੇ ਪਏ ਨੇ ਸਾਡੇ ਪੰਥ ਲਈ, ਅਤੇ ਆਪਾਂ ਕਿਉਂ ਨਹੀਂ ਕਰ ਸਕਦੇ ਇਹਨਾਂ ਲਈ ਕੁਛ। ਸੋ ਸਾਡੀ ਇਹੀ ਉਮੀਦ ਹੈ ਕਿ ਇਹ ਜਿੱਤਣ ਅਤੇ ਬਹੁਤ ਵਧੀਆ ਕਰਨ। ਫਿਰ ਤੋਂ ਮੈਂ ਦੱਸਣਾ ਚਾਹਾਂਗਾ ਕਿ ਇਹਦੇ ਦੋਨੋਂ ਲਿੰਕ ਜੋ ਆਪਾਂ ਤੁਹਾਨੂੰ ਹੁਣੇ ਵਿਖਾਏ ਨੇ, ਵੈਬਸਾਈਟ ਦਾ ਲਿੰਕ ਅਤੇ ਐਪ ਦਾ ਲਿੰਕ, ਮੈਂ ਡਿਸਕ੍ਰਿਪਸ਼ਨ ਬਿਲੋ 'ਚ ਪਾਵਾਂਗਾ। ਤੁਸੀਂ ਇਸ ਵੀਡੀਓ ਨੂੰ ਵੇਖ ਸਕਦੇ ਹੋ ਕਿ ਕਿਵੇਂ ਵੋਟ ਕਰਨਾ ਹੈ। ਜੇ ਤੁਹਾਡੇ ਕੋਲ ਫਿਰ ਵੀ ਕੁਐਸਚਨਸ ਨੇ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਸਾਨੂੰ ਕੁਐਸਚਨ ਲਿਖ ਕੇ ਦੱਸ ਸਕਦੇ ਹੋ। ਲਾਈਕ ਕਰੋ ਇਸ ਵੀਡੀਓ ਨੂੰ, ਸ਼ੇਅਰ ਕਰੋ ਸਾਰੇ ਲੋਕਾਂ ਨਾਲ ਕਰੋ, ਜੋ ਵੀ ਤੁਸੀਂ ਜਾਣਦੇ ਹੋ ਜਿਨ੍ਹਾਂ ਨੂੰ ਵੀ ਅਮੈਰੀਕਾ 'ਚ ਨੇ
ਔਰ ਇੰਡੀਆ ਵਾਲੇ ਬੰਦਿਆਂ ਨੂੰ ਵੀ ਦੱਸੋ ਕਿ ਉਹਨਾਂ ਦੇ ਕੋਈ ਫੈਮਿਲੀ ਮੈਂਬਰਸ ਫਰੈਂਡਸ ਨੇ ਜੋ ਇੱਥੇ ਅਮੈਰੀਕਾ 'ਚ ਰਹਿੰਦੇ ਨੇ ਉਹ ਵੀ ਵੋਟ ਕਰ ਸਕਣ ਅਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੀ ਜਾਓ ਅਤੇ ਵੋਟ ਕਰਨਾ ਨਾ ਭੁੱਲਿਓ ਤੁਸੀਂ ਟਿਊਜ਼ਡੇ ਨੂੰ ਸ਼ੁਰੂ ਹੋ ਜਾਣੀ ਹੈ ਵੈਨਸਡੇ ਰਾਤ ਤੱਕ ਚੱਲਣੀ ਹੈ ਅਤੇ ਆਪਾਂ ਆਪਣੇ ਵੀਰਾਂ ਨੂੰ ਜਿਤਾਈਏ ਹੋਰ ਤੁਸੀਂ ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਨੋਟੀਫਿਕੇਸ਼ਨ ਬੈਲ ਨੂੰ ਵੀ ਕਲਿੱਕ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਅਪਲੋਡ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅਤੇ ਆਪਾਂ ਹੋਪ ਕਰਦੇ ਹਾਂ ਕਿ ਸਾਡੇ ਵੀਰ ਜਿੱਤਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ